सरकारी सीनियर सेकेंडरी स्कूल कालाबाला च बच्चियां दे दाखला लई करवाया मेला। 20 अप्रैल पंजाब सरकार दे सिक्ख्या विभाग वल्लों सरकारी स्कूल विच बच्चियां दाखला वधाउण लई जतन कीते जा रहे हन। सिक्ख्या सकत्तर श्री कृष्ण कुमार, जिला अव सिक्ख्या अफसर सुरजीत पाल अते मुख सिक्ख्या अफसर लखविंदर सिंह दीआं हदायतां तहत कानून ब्लाक अफसर प्रिंसिपल गज्जन सिंह अते मुख अध्यापिका रुपिंदर कौर सरकारी स्कूल कालाबाला च बच्चियां दे दाखला लई मेला करवाया गया, जिस विच पहली जमात तों लैके नौवीं जमात तक बच्चियां दा दाखला कीता गया। इस संबंधी जानकारी दिंदिआं प्रिंसिपल गज्जन सिंह अते बीएम नरेंद्र पाल कंप्यूटर मास्टर दस्सिआ कि सरकार दा सरकारी स्कूलां विच झुकाव बहुत वधिया है, इसलिए लोकां नूं बच्चियां नूं सरकारी स्कूल विच दाखला करवाउणा चाहीदा है। उन्होंने कहा कि जो सहूलत बच्चियां नूं सरकारी स्कूल विच मिल रहीआं हन उह प्राइवेट विच कदे नहीं मिल सकदी। उन्होंने कहा कि सरकारी स्कूल विच बहुत ही तजर्बेदार स्टाफ द्वारा कंप्यूटर सिखाया जांदा है। उन्होंने कहा कि सरकारी स्कूल विच बच्चियां दी पढ़ाई बिल्कुल मुफ्त है, इस दे नाल ही लड़कियां लई मुफ्त साइकिल, फोन दी सहूलत, खेडन लई खेड मैदान, शानदार लाइब्रेरी, वधिया फर्नीचर, प्रोजेक्टर नाल पढ़ाई, दोपहर दे खान दी सहूलत अते वधिया इमारतां हन। उन्होंने कहा कि बच्चियां दे खान पीन लई शुद्ध पानी लई आरओ सिस्टम भी लगाए हन, इसलिए लोकां नूं इस महंगाई दे युग विच सारी सरकारी स्कूलां दा फायदा लैणा चाहीदा है। कालाबाला विखे असी सारिआं ने प्रिंसीपल गज्जन सिंह कम बीएन ब्लाक कनवान की योग अगवाई हेत इत्थे एनरोलमेंट ड्राइव लई मेला लगाया गया है, जिथे सरकारी स्कूलों दीआं सारिआं ही सहूलतों बारे दस्या जाएगा। और क्योंकि जिहड़े साडे प्राइवेट स्कूल ने जिस तरह करोना चल रहा वा पिछले समय तो पढ़ाई नहीं बच्चों की हो रही, इत्थे ऑनलाइन ਸਾਡੀਆਂ ਸਰਕਾਰ ਵੱਲੋਂ ਬਹੁਤ ਹੀ ਸਹੂਲਤਾਂ ਨੇ, ਜਿਸ ਤਰ੍ਹਾਂ ਕਿ ਪੰਜਾਬ ਐਜੂਕੇਅਰ ਐਪ, ਬੱਚਿਆਂ ਦਾ ਪੰਜਾਬੀ ਮੀਡੀਅਮ ਦੇ ਨਾਲ ਨਾਲ ਇੰਗਲਿਸ਼ ਮੀਡੀਅਮ ਦਾ ਹੋਣਾ ਇੱਕ ਬਹੁਤ ਹੀ ਫਖਰ ਦੀ ਗੱਲ ਵਾ। ਔਰ ਪ੍ਰਾਈਵੇਟ ਸਕੂਲਾਂ ਦੇ ਬੱਚੇ ਸਾਡੇ ਕੋਲ ਆ ਜਿਹੜੇ ਉਹ ਬਹੁਤ ਜ਼ਿਆਦਾ ਆ ਰਹੇ ਆ ਅੱਜ ਦੇ ਸਮੇਂ ਦੇ ਵਿੱਚ, ਕਿਉਂਕਿ ਪੜ੍ਹਾਈ ਦਾ ਜਿਹੜਾ ਪੱਧਰ ਵਾ ਉਹ ਪਹਿਲਾਂ ਨਾਲੋਂ ਬਹੁਤ ਉੱਚਾ ਉੱਠ ਸਕਿਆ। ਔਰ ਇੱਥੇ ਮੈਂ ਫਖਰਾਂ ਲਈ ਦੱਸਣਾ ਚਾਹਾਂਗਾ ਕਿ ਮੇਰਾ ਆਪਣਾ ਬੇਟਾ ਵਾ ਜਿਹੜਾ ਉਹ ਕੇਂਦਰੀ ਵਿਦਿਆਲਿਆ ਦੇ ਵਿੱਚੋਂ 8ਵੀਂ ਪਾਸ ਕਰਕੇ ਉਹਦੇ 91% ਮਾਰਕਸ ਸੀਗਾ। ਮੈਂ ਉਹਨੂੰ ਆਪਣੇ ਸਕੂਲ ਐਡਮਿਟ ਕਰਵਾਇਆ ਵਾ 9th ਕਲਾਸ ਦੇ ਵਿੱਚ, CBSE ਬੋਰਡ ਤੋਂ ਇੱਥੇ ਸ਼ਿਫਟ ਕੀਤਾ ਵਾ। ਔਰ ਆਪਣੀ ਬੇਟੀ ਨੂੰ ਵੀ ਪਹਿਲੀ ਕਲਾਸ ਦੇ ਵਿੱਚ ਇੱਥੇ ਹੀ ਦਾਖਲ ਕਰਵਾਇਆ ਆਪਣੇ ਸਕੂਲ ਦੇ ਵਿੱਚ ਹੀ, ਕਿਉਂਕਿ ਇਹ ਇੱਕ ਬੜਾ ਚੰਗਾ ਉਪਰਾਲਾ ਵਾ। ਔਰ ਬੜੀਆਂ ਸਾਡੇ ਕੋਲ ਸਾਰੀਆਂ ਸਹੂਲਤਾਂ ਇੱਥੇ ਸਾਡੇ ਕੋਲ ਸਾਰਿਆਂ ਹੀ ਸਕੂਲਾਂ ਦੇ ਵਿੱਚ, ਜਿਹੜੇ ਹਾਈ ਸਕੂਲ ਨੇ ਔਰ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਨੇ ਉਹਨਾਂ ਦੇ ਵਿੱਚ 24 ਕੰਪਿਊਟਰਸ ਨੇ ਔਰ ਪ੍ਰੋਜੈਕਟਰ ਦੇ ਨਾਲ ਸਾਰਿਆਂ ਹੀ ਸਕੂਲਾਂ ਦੇ ਵਿੱਚ ਪੜ੍ਹਾਈ ਹੋ ਰਹੀ ਆ, ਜੋ ਕਿ ਸਾਡੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਨਹੀਂ ਹੋ ਰਹੀ। ਔਰ ਮੈਂ ਸਾਰੇ ਮਾਪਿਆਂ ਨੂੰ ਇਹ ਬੇਨਤੀ ਕਰਦਾ ਹਾਂ ਇਲਾਕਾ ਨਿਵਾਸੀਆਂ ਦਿਆਂ ਨੂੰ ਕਿ ਉਹ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਵੇ, ਤਾਂ ਜੋ ਜਿਹੜਾ ਬੱਚਿਆਂ ਦਾ ਭਵਿੱਖ ਵਾ ਜਿਹੜਾ ਉਹ ਉਜਵਲ ਹੋ ਸਕੇ। ਕਿਉਂਕਿ ਇੱਥੇ ਯੋਗ ਸਟਾਫ ਹੈ, 2 ਵਾਰੀ ਅਧਿਆਪਕ ਟੈਟ ਪਾਸ ਕਰਕੇ ਜਿਹੜੇ ਸਾਡੇ ਮਾਸਟਰ ਕੈਡਰ ਦੇ ਨੇ ਆਉਂਦੇ ਨੇ, ਔਰ ਲੈਕਚਰਾਰ ਵੀ ਇਸੇ ਤਰ੍ਹਾਂ ਪ੍ਰਾਇਮਰੀ ਕੈਡਰ ਜੋ ਕਿ ਪੰਜਾਬ ਦੀ ਪੂਰੀ ਕਰੀਮ ਹੈ ਉਹ ਸਾਰੀ ਇੱਥੇ ਮੌਜੂਦ ਹੈ। ਇਸ ਕਰਕੇ ਮੇਰੀ ਇੱਕ ਵਾਰੀ ਫਿਰ ਮਾਪਿਆਂ ਨੂੰ ਅਪੀਲ ਆ ਕਿ ਨੇੜ ਦੇ ਜਿਹੜੇ ਸਰਕਾਰੀ ਸਕੂਲ ਹਨ ਉੱਥੇ ਆਪਣੇ ਬੱਚਿਆਂ ਦੀ ਐਡਮਿਸ਼ਨ ਕਰਵਾ ਕੇ ਬੱਚਿਆਂ ਦਾ ਜਿਹੜਾ ਵਾ ਭਵਿੱਖ ਸੁਨਹਿਰੀ ਬਣਾਉਣ। ਔਰ ਇਹ ਸਾਰਾ ਜਿਹੜਾ ਕੰਮ ਹੈ ਅੱਜ ਪ੍ਰਿੰਸੀਪਲ ਗੱਜਨ ਸਿੰਘ ਕੰਮ BNO ਬਲਾਕ ਕਨਮਨ ਔਰ ਸਾਡੀ ਵੱਡੀ ਭੈਣ ਜੀ ਰੁਪਿੰਦਰ ਕੌਰ ਬਲਾਕ ਕਨਮਨ ਦੇ ਜਿਹੜੇ ਸਾਡੇ ਸੀਨੀਅਰ ਗਵਰਨਮੈਂਟ ਹਾਈ ਸਕੂਲ ਕਾਲਾਬਾਲਾ ਦੇ ਜਿਹੜੇ ਮੁੱਖ ਅਧਿਆਪਕ ਹੈ ਉਹਨਾਂ ਦੀ ਯੋਗ ਅਗਵਾਈ ਦੇ ਹਿੱਤ, ਔਰ ਮੇਰੇ ਸਾਥੀ ਜਿਹੜੇ BM ਨੇ, BM ਪੰਜਾਬੀ, BM ਹਿੰਦੀ, BM ਮੈਥ, BM ਸਾਇੰਸ, ਇਹ ਸਾਰਿਆਂ ਦੀ ਯੋਗ ਅਗਵਾਈ ਹਿੱਤ, ਔਰ ਜਿਹੜਾ ਸਾਡਾ ਸਰਕਾਰੀ ਹਾਈ ਸਕੂਲ ਕਾਲਾਬਾਲਾ ਹੈ ਉਹਨਾਂ ਦੇ ਸਟਾਫ ਦੀ ਸਹਿਯੋਗ ਦੇ ਨਾਲ ਹੋ ਰਿਹਾ ਹੈ। ਔਰ ਮੈਂ ਅਪੀਲ ਕਰਦਾ ਹਾਂ ਫਿਰ ਇੱਕ ਵਾਰੀ ਸਾਰਿਆਂ ਮਾਪਿਆਂ ਨੂੰ ਔਰ ਜਿਹੜੇ ਸਾਡੇ ਇੱਥੇ ਆ ਰਹੇ ਨੇ ਰੋਡ 'ਤੇ, ਅਸੀਂ ਉਹਨਾਂ ਨੂੰ ਕਨਵਿੰਸ ਵੀ ਕਰ ਰਹੇ ਹਾਂ ਕਿ ਆਪਣੇ ਜਿਹੜੇ ਬੱਚੇ ਆ ਉਹ ਸਰਕਾਰੀ ਸਕੂਲਾਂ ਦੇ ਵਿੱਚ ਪਾਓ। ਬਹੁਤ ਬਹੁਤ ਧੰਨਵਾਦ। ਮਾਨਯੋਗ ਸਕੱਤਰ ਸਿੱਖਿਆ ਵਿਭਾਗ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅਤੇ ਐਲੀਮੈਂਟਰੀ ਸਿੱਖਿਆ ਸ਼੍ਰੀ ਸੁਰਜੀਤ ਪਾਲ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਲਖਵਿੰਦਰ ਸਿੰਘ ਜੀ ਦੀ
योग अगवाई हेठ अज इत्थे सरकारी हाई स्कूल कालाबाला ऑन रोड स्कूल होने करके ब्लाक कानवन टू के सरकारी मिडल हाई अते सीनियर सैकेंडरी स्कूलों की एनरोलमेंट ड्राइव वास्ते ये कैंप लगाया गया। इस कैंप का परपज इलाका निवासियों नूं सरकारी स्कूलों में अपने बच्चे भेजने लिए प्रेरित करना अते उन्हां विच जागृति पैदा करना ते उन्हां नूं इह दसना कि सरकारी स्कूलों के सारिया सहूलत जिहड़ियां उपलब्ध ने जो कि वह जाके प्राइवेट सैक्टर चों भालदे ने। असीं बड़े फखर ते माण नाल इह गल कहिण च अपना माण महसूस करदे हां कि सरकारी स्कूलों के सारिया सहूलत मौजूद ने जो कि लोग पहला प्राइवेट स्कूलों में जाके लभदे सी। इस करके असीं अज सारे इत्थे बैठे हाँ ता कि लोगों के जागृति लिया जा सके समा अपना समाज में इस पासे वाल प्रेरित किया जा सके कि वह अपने बच्चे बहुत घट फीसा तो बहुत सारिया क्लासा च बिल्कुल ना फीस से बच्चे सरकारी स्कूलों में पढ़ाउन ते अपने बच्चों का भविख जरा उज्जवल बनाउन। मैं बेनती करता प्रिंसीपल गजन सिंह सरकारी स्कूल नैनोकोट नोडल ब्लाक नोडल ऑफिसर ब्लाक 112 धन्यवाद।